ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੀਰੋ, ਅੱਜ ਮੈਂ ਤੁਹਾਨੂੰ ਇੱਕ ਵੀਡੀਓ ਵਿਖਾਉਣ ਜਾ ਰਿਹਾ, ਜਿਹੜੀ ਵੀਡੀਓ ਵੇਖ ਕੇ ਸਾਡਾ ਤੇ ਸਾਰਿਆਂ ਦਾ ਸ਼ਰਮ ਨਾਲ ਸਿਰ ਝੁਕਦਾ ਵਾ, ਪਰ ਉੱਥੋਂ ਦਾ ਜਿਹੜਾ ਪ੍ਰਬੰਧਕ ਆ ਉਹਨਾਂ ਦਾ ਨਹੀਂ ਝੁਕਦਾ, ਕਿਉਂਕਿ ਉਹਨਾਂ ਲਈ ਇਹ ਮਾਈਨਰ ਗੱਲਾਂ, ਇਹੋ ਜਿਹੀਆਂ ਘਟਨਾਵਾਂ ਉੱਥੇ ਡੇ ਬਾਏ ਡੇ ਹੁੰਦੀਆਂ ਸੀ, ਔਰ ਲੋਕ ਮੈਨੂੰ ਦੱਸਦੇ ਵੀ ਰਹੇ ਆ। ਪਰ ਮੈਂ ਚਾਹੁੰਦਾ ਕੋਈ ਪ੍ਰੂਫ ਹੋਵੇ ਜਿਸ ਗੱਲ ਦਾ, ਉਹ ਗੱਲ ਕਰਨ ਦਾ ਫਾਇਦਾ ਵਾ, ਨਹੀਂ ਤੇ ਨਹੀਂ, ਕਿਉਂਕਿ ਲੋਕ ਆਮ ਉੱਥੋਂ ਦੀ ਗੱਲ ਕਰਦੇ ਸੀ, ਉੱਥੇ ਜਾ ਕੇ ਲੁੱਟੇ ਗਏ, ਅਸੀਂ ਉੱਥੇ ਜਾ ਕੇ ਮਾਰੇ ਗਏ, ਸਾਡਾ ਉੱਥੇ ਇਲਾਜ ਨਹੀਂ ਹੋਇਆ। ਇਹ ਗੱਲਾਂ ਤੇ ਕਾਮਨ ਸਾਡੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਸ ਹਸਪੀਟਲ ਦੀਆਂ ਬਣ ਚੁੱਕੀਆਂ। ਪਰ ਮੈਨੂੰ ਕਿਤੇ ਨਾ ਕਿਤੇ ਲੋਕ ਇਹ ਵੀ ਕਹਿੰਦੇ ਹੁੰਦੇ ਸੀ ਕਿ ਉੱਥੇ ਜਿਹੜੀ ਆ ਨਸ਼ੇ ਦਾ ਕਾਰੋਬਾਰ ਚੱਲਦਾ, ਪਰ ਮੈਂ ਇਸ ਗੱਲ ਨੂੰ ਮੰਨਦਾ ਨਹੀਂ ਸੀਗਾ, ਕਿਉਂਕਿ ਵੇਖੋ ਅੱਜ ਭਾਵੇਂ ਮੈਂ ਇਹ ਗੱਲ ਕਰਨ ਲੱਗਾ ਨਾ, ਮੈਂ ਗੁਰੂ ਰਾਮਦਾਸ ਦੀ ਨਗਰੀ 'ਚ ਬੈਠਾ, ਮੈਨੂੰ ਬੜਾ ਦੁੱਖ ਹੈ ਯਾਰ ਮੈਂ ਉਸ ਸੰਸਥਾ ਦੇ ਬਾਰੇ ਮਾੜਾ ਬੋਲ ਰਿਹਾ। ਪਰ ਮੈਂ ਕਿਤੇ ਨਾ ਕਿਤੇ ਆਪਦੀ ਜ਼ਿੰਮੇਵਾਰੀ ਨੂੰ ਸਮਝਦਾ ਵਾਂ ਕਿ ਯਾਰ ਹੋ ਸਕਦਾ ਜੇ ਮੈਂ ਬੋਲਾਂ ਉੱਥੋਂ ਦਾ ਸੱਚ ਸਾਹਮਣੇ ਲਿਆਵਾਂ ਤਾਂ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਚੀਜ਼ਾਂ ਤੋਂ, ਇਹਨਾਂ ਗੱਲਾਂ ਤੋਂ ਅਸੀਂ ਬਚ ਸਕੀਏ। ਸ਼ਰਮ ਮੈਨੂੰ ਵੀ ਆਉਂਦੀ ਹੈ ਕਿ ਸਾਡੀ ਸੰਸਥਾ 'ਤੇ ਮੈਂ ਕਿਹੋ ਜਿਹੀਆਂ ਵੀਡੀਓ ਪਾਉਣ ਲੱਗਾ ਉਹਦੀਆਂ, ਪਰ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਸ਼ਰਮ ਆਉਂਦੀ ਜਿਨ੍ਹਾਂ ਦੀ ਅੱਖਾਂ ਦੇ ਸਾਹਮਣੇ ਇਹ ਸਭ ਕੁਝ ਹੋ ਰਿਹਾ? ਉਹ ਲੋਕ ਕਿਉਂ ਨਹੀਂ ਇਹਨਾਂ ਗੱਲਾਂ ਨੂੰ ਮੰਨਦੇ? ਇੱਕ ਫੈਮਿਲੀ ਮੇਰੇ ਕੱਲ੍ਹ ਦੀ ਮਗਰ ਪਈ ਆ ਕਿ ਸਾਡੇ ਦਾ ਜੋ ਉੱਥੇ ਹਸ਼ਰ ਹੋਇਆ ਤਾਂ ਅਸੀਂ ਪ੍ਰੈਸ ਕਾਨਫਰੰਸ ਕਰਨੀ ਹੈ, ਸਾਡੇ ਨਾਲ ਬਹੁ, ਮੈਂ ਬਹਾਂਗਾ, ਕਰਾਂਗਾ, ਦੋ ਦਿਨ ਠਹਿਰ ਕੇ ਪ੍ਰੈਸ ਕਾਨਫਰੰਸ ਕਰਾਂਗਾ ਉਹ ਵੀ ਸਾਰੀ। ਔਰ ਇੱਕ ਫੈਮਿਲੀ ਨਹੀਂ, ਦੋ ਤਿੰਨ ਫੈਮਿਲੀਜ਼ ਤੁਹਾਨੂੰ ਦੱਸਣਗੇ ਉੱਥੇ ਕੀ ਹੋਇਆ। ਔਰ ਇਹ ਜਿਹੜੀ ਅੱਜ ਦੀ, ਅੱਜ ਸਵੇਰ ਦੀ ਵੀਡੀਓ ਹੈ ਜਿਹਨੇ ਸਾਨੂੰ ਸਾਰਿਆਂ ਨੂੰ ਝੰਝੋੜ ਕੇ ਰੱਖ ਦਿੱਤਾ ਕਿ ਨਸ਼ੇ ਦਾ ਉੱਥੇ ਬੋਲਬਾਲਾ ਹੋਸਪਿਟਲ ਦੇ ਵਿੱਚ ਇੱਕ ਪੇਸ਼ੈਂਟ ਐਡਮਿਟ ਹੁੰਦਾ, ਵਾਰਡ ਨੰਬਰ 1 ਦੀ ਇਹ ਵੀਡੀਓ ਆ ਔਰਥੋ ਦੀ। ਉਹ ਬੰਦਾ ਉੱਥੇ ਨਸ਼ਾ ਕਰਦਾ ਬਾਥਰੂਮ ਦੇ ਵਿੱਚ ਡਿੱਗਿਆ, ਉੱਥੋਂ ਦੇ ਸਫਾਈ ਸੇਵਾਦਾਰ ਨੇ ਉੱਪਰ ਦੀ ਜਾ ਕੇ ਉਹਨੂੰ ਉਹਦੀ ਵੀਡੀਓ ਬਣਾ ਕੇ ਉਹਨੂੰ ਬਾਹਰ ਕੱਢਿਆ। ਇਹਨਾਂ ਪ੍ਰਬੰਧਾਂ ਦਾ ਜ਼ਿੰਮੇਵਾਰ ਕੌਣ ਆ? ਕੌਣ ਆ ਜ਼ਿੰਮੇਵਾਰ ਇਹਨਾਂ ਪ੍ਰਬੰਧਾਂ ਦਾ? ਮੈਨੂੰ ਜਵਾਬ ਦੇ ਦਿਓ। ਆਪਾਂ ਉੱਥੇ ਕੋਈ ਸਤਿਕਾਰਯੋਗ ਡਾਕਟਰ ਸਾਹਿਬ ਨੇ ਸਾਡੇ, ਉਹਨਾਂ ਨੂੰ ਪ੍ਰਬੰਧ ਦਿੱਤਾ ਹੋਇਆ, ਪੁੱਛੋ ਨਾ ਉਹਨਾਂ ਨੂੰ ਕਿ ਕੀ ਕੁਛ ਬਣ ਰਿਹਾ। ਹੋਰ ਤਾਂ ਮੈਨੂੰ ਨਹੀਂ ਲੱਗਦਾ ਅੱਜ ਤੱਕ ਸ਼ਾਇਦ ਸਾਡੇ ਅੰਮ੍ਰਿਤਸਰ ਦੇ ਵਿੱਚ ਕਿਤੇ ਕੋਈ ਵੀਡੀਓ ਆਈ ਹੋਵੇ ਇਹੋ ਜਿਹੀ ਜੋ ਉੱਥੋਂ ਦੀ ਆ ਗਈ। ਇਹ ਅੱਜ ਦੀ ਵੀਡੀਓ ਆ, ਔਰ ਮੈਂ ਦੁਖੀ ਹੋਇਆ। ਮੈਨੂੰ ਪਤਾ ਲੱਗਾ, ਮੈਨੂੰ ਉੱਥੇ ਜਦੋਂ ਇੱਕ ਵੀਰ ਨੇ, ਜੰਡਿਆਲੇ ਹਲਕੇ ਦਾ ਵੀਰ ਸੀਗਾ ਜਿਹਨੇ ਮੈਨੂੰ ਵੀਡੀਓ ਬਣਾ ਕੇ ਭੇਜੀ, ਕੋਈ ਉਹ ਵੀ ਉੱਥੇ ਵਿਚਾਰੇ ਆਪਦਾ ਇਲਾਜ ਕਰਾਉਣ ਆਏ ਫੈਮਿਲੀ, ਔਰ ਮੈਂ ਇੰਨਾ ਕੁ ਦੁਖੀ ਹਾਂ। ਔਰ ਮੈਨੂੰ ਪਤਾ ਲੱਗਾ, ਕਹਿੰਦੇ ਕਿ ਇਹਨਾਂ ਨੇ ਪੁਲਿਸ ਨੂੰ ਦੇਣ ਦੀ ਬਜਾਏ ਉਹ ਨਸ਼ੇੜੀ ਬੰਦਾ, ਨਸ਼ੇੜੀ ਹੋਊਗਾ ਜਾਂ ਨਸ਼ਾ ਵੇਚਣ ਆਇਆ ਹੋਊਗਾ, ਜਿਹੜਾ ਕਰਦਾ ਉਹ ਵੇਚਦਾ ਵੀ ਹੈ। ਮੈਨੂੰ ਪਹਿਲਾਂ ਵੀ ਕਿਸੇ ਨੇ ਦੱਸਿਆ ਕਿ ਇੱਥੇ ਨਸ਼ਾ ਵਿਕਦਾ ਅੰਦਰ, ਪਰ ਮੈਂ ਨਹੀਂ ਸੀ ਯਕੀਨ ਕਰਦਾ। ਔਰ ਇਹਨਾਂ ਨੇ ਉਹਨੂੰ ਪੁਲਿਸ ਨੂੰ ਕਿਉਂ ਨਹੀਂ ਫੜਾਇਆ ਵੀ ਪ੍ਰਬੰਧਕ ਸਾਹਿਬ ਨੇ? ਮੈਂ ਅੱਜ ਕਮਿਸ਼ਨਰ ਸਾਹਿਬ ਕੋਲ ਇਸ ਦੇ ਖਿਲਾਫ ਕੰਪਲੇਂਟ ਕਰਕੇ ਆਵਾਂਗਾ, ਕਿਉਂਕਿ ਵੇਖੋ ਨਸ਼ਾ ਵੇਚਣ ਵਾਲਾ ਅਸੀਂ ਸਾਰੀ ਦਿਹਾੜੀ ਨਸ਼ੇ ਦੇ ਖਿਲਾਫ ਰੌਲਾ ਪਾਉਣੇ ਆ, ਇਹਨਾਂ ਦਾ ਫਰਜ਼ ਨਹੀਂ ਬਣਦਾ ਉਹ ਨਸ਼ੇ ਵੇਚਣ ਵਾਲੇ ਨੂੰ ਪੁਲਿਸ ਦੇ ਹਵਾਲੇ ਕਰਦੇ? ਇਹਨਾਂ ਨੇ ਕਿਉਂ ਉਹਨੂੰ ਭਜਾ ਦਿੱਤਾ? ਆਪਦੀਆਂ ਨਕਾਮੀਆਂ ਲੁਕਾਉਣ ਵਾਸਤੇ ਕਿ ਸਾਡਾ ਨਾ ਕੋਈ ਪਤਾ ਲੱਗ ਜਾਵੇ? ਕੋਈ ਨੀ, ਇਹਨੂੰ ਭਜਾ ਦਿਓ। ਮੈਂ ਅੱਗੇ ਵੀ ਇੱਕ ਦਿਨ ਇੱਕ ਗੱਲ ਕਹੀ ਸੀ ਧਾਮੀ ਸਾਹਿਬ, ਮੈਂ ਉਹ ਦਿਨ ਕਿਹਾ ਸੀ ਕਿ ਸੱਚ ਜਿਹੜਾ ਉਹ ਲੁਕਾਇਆ ਨਹੀਂ ਜੇ ਲੁਕਣਾ, ਇਹ ਜਿੰਨਾ ਮਰਜ਼ੀ ਛੁਪਾ ਲਓ ਇਹ ਨਹੀਂ ਜੇ ਛੁਪਣਾ। ਇਹ ਅਸਲੀਅਤਾਂ ਤੁਹਾਡੇ ਸਾਹਮਣੇ ਬਹੁਤ ਕੁਛ ਆ ਮੇਰੇ ਕੋਲ, ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ, ਵੇਖੋ ਸਾਡੇ ਕੋਲ ਕੋਈ ਚੰਡੀਗੜ੍ਹ 'ਚ, ਲੁਧਿਆਣੇ 'ਚ, ਜਲੰਧਰ 'ਚ, ਅੰਮ੍ਰਿਤਸਰ 'ਚ, ਸਾਰੇ ਪੰਜਾਬ 'ਚ ਕਿਤੇ ਵੀ ਕੋਈ ਕਾਬਲ ਬੰਦਾ ਨਹੀਂ ਹੈਗਾ ਕਿ ਅਸੀਂ ਯਾਰ ਕਿਸੇ ਨੂੰ ਸਾਈਡ 'ਤੇ ਕਰਕੇ ਉਹਨੂੰ ਲਾ ਦਈਏ, ਸ਼ਾਇਦ ਸਾਡੇ ਉੱਥੋਂ ਦੇ ਪ੍ਰਬੰਧ ਸੁਧਰ ਜਾਣ। ਚਾਹੇ ਫਿਰ ਇੱਕ ਗੱਲ ਕਰ ਲਓ ਕਿ ਮੈਨੂੰ ਤਾਂ ਲੱਗਦਾ ਕਿ ਤੁਸੀਂ ਉਹਨੂੰ ਜ਼ਿਆਦਾ ਹਸਪਤਾਲ ਗਹਿਣਾ ਹੀ ਕਰ ਦਿੱਤਾ, ਸਭ ਕੁਝ ਹੋਸਪਿਟਲ ਉਹਨੂੰ ਦੇ ਦਿੱਤਾ। ਇਹ ਅੱਖਾਂ ਮੀਟਿਆਂ ਗੱਲ ਨਹੀਂ ਹੋਣੀ। ਵੇਖੋ ਹੁਣ ਜਦੋਂ ਵੀਡੀਓ ਪਈ, ਤੁਸੀਂ ਆਖਣਾ ਅਸੀਂ ਇਮੀਡੀਏਟਲੀ ਐਕਸ਼ਨ ਲਵਾਂਗੇ ਜੀ, ਉਹ ਅੱਗੇ ਦੀਆਂ ਸੁੱਕੀਆਂ ਰੋਟੀਆਂ ਆਉਣ, ਪਰ ਨਾ ਕਰੋ। ਆ ਵੇਖੋ ਤੁਹਾਨੂੰ ਵੀ ਪਤਾ ਤੇ ਸਾਨੂੰ ਵੀ ਅੰਦਰ, ਮੈਂ ਵੀ ਅੱਜ ਨਾ ਵੀਡੀਓ ਪਾਉਂਦਾ ਤੇ ਇਹ ਗੱਲ ਦੱਬੀ ਗਈ ਸੀ। ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ ਅੰਦਰ ਕੀ ਹੁੰਦਾ, ਪਰ ਆਪਾਂ ਲੋਕਾਂ ਨੂੰ ਬਹੁਤਾ ਲੰਮਾ ਸਮਾਂ ਮੂਰਖ ਨਹੀਂ ਬਣਾ ਸਕਦੇ। ਔਰ ਬੇਨਤੀ ਆ, ਛੱਡ ਦਿਓ ਜਿੱਦ, ਬੇੜਾ ਨਾ ਭਾ ਦਿਓ ਸਾਰਾ, ਨਾ ਬੇੜਾ ਗਰਕ ਕਰੀ ਜਾਓ। ਧਾਨੀ ਸਾਹਿਬ ਐਕਸ਼ਨ ਲਓ।